ਤੇ ਅੱਜ ਕੱਲ ਦੀ ਯੁਵਾ ਪੀੜ੍ਹੀ ਆ ਉਹ ਅੱਜ ਕੱਲ ਡੌਗ ਇੱਦਾਂ ਲੈਂਦੀ ਹੈ ਕਿ ਜਿੱਦਾਂ ਅਸੀਂ ਮੈਕੜੀ ਤੋਂ ਬਰਗਰ ਜਾਂ ਪੀਜ਼ਾ ਮੰਗਾਉਣਾ ਆ ਸਵੇਰੇ 10 ਵਜੇ ਮੂਡ ਬੰਦਾ ਤੇ 11 ਵਜੇ ਆਉਂਦੇ ਨੇ ਕਿ ਸਾਡੇ ਘਰ 'ਚ ਪੱਪੀ ਆ ਜਾਏ। ਮੈਂ ਤੁਹਾਨੂੰ ਇੱਕ ਆਪਣੀ ਇੱਦਾਂ ਦੀ ਗੱਲ ਦੱਸਦਾ ਕਿ ਮੈਂ ਆਪਣੇ ਇੱਕ ਸੁਖਨਿਆਂ ਦੇ ਡੌਗ ਨੂੰ ਲੈਣ ਦੇ ਲਈ 13 ਸਾਲ ਇੰਤਜ਼ਾਰ ਕੀਤਾ ਔਰ ਉਹ ਮੇਰੇ ਇੱਕ ਜਿਹੜਾ ਸੁਪਨਿਆਂ ਦਾ ਡੌਗ ਸੀ ਉਹ 13 ਸਾਲ ਬਾਅਦ ਮੈਨੂੰ ਮਿਲਿਆ ਵੀ ਔਰ ਉਹਦੀ ਅੱਜ ਮੈਂ ਤੁਹਾਨੂੰ ਸਾਰੀ ਆਪਣੀ ਇੱਕ ਜੀਵਨ ਦੀ ਸ਼ੁਰੂ ਤੋਂ ਕਿੱਦਾਂ ਉਹ ਸੁਪਨਾ ਬਣਿਆ ਕਿੱਦਾਂ ਉਹ ਮੈਂ ਲਿਆ ਔਰ ਕਿੰਨੇ ਮੈਂ ਉਹਦੇ ਵਾਸਤੇ ਭਾਲ ਕੀਤੀ ਉਹ ਮੈਂ ਅੱਜ ਦੱਸਣਾ ਚਾਹੁੰਦਾ ਹਾਂ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਅਸੀਂ 4 ਪੀੜ੍ਹੀਆਂ ਤੋਂ ਡੌਗ ਰੱਖਦੇ ਹਾਂ ਔਰ ਮੇਰੇ ਦਾਦਾ ਜੀ ਮਾਸਟਰ ਪ੍ਰਿਥੀ ਰਾਮ ਜੀ ਉਹ ਵੀ ਡੌਗ ਲਵਰ ਸੀ ਔਰ ਮੇਰੇ ਫਾਦਰ ਜਿਹੜੇ ਫੋਰਸਟ ਡਿਪਾਰਟਮੈਂਟ ਦੇ ਵਿੱਚ 1965 ਦੇ ਵਿੱਚ ਹਿਮਾਚਲ 'ਚ ਉਹਨਾਂ ਦੀ ਪੋਸਟਿੰਗ ਹੋਈ ਔਰ ਉੱਥੇ ਉਹਨਾਂ ਨੇ ਜਾ ਕੇ TM ਡੌਗ ਲਿਆ ਕਿ ਜਿਹੜੇ ਕਿ ਉੱਥੇ ਚਰਵਾਹੇ ਸੀ ਗੱਦੀ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਗੱਦੀ ਐਕਚੁਅਲ 'ਚ ਡੌਗ ਨਹੀਂ ਹੈ ਗੱਦੀ ਉਹ ਚਰਵਾਹੇ ਨੇ ਜਿਹੜੇ ਉੱਥੇ ਪੇੜ ਬੱਕਰੀਆਂ ਨੂੰ ਚਾਰਦੇ ਨੇ ਔਰ ਉਹ ਜਦੋਂ ਗਏ ਤਾਂ ਉਹਨਾਂ ਨੇ ਲਿਆ ਅਤੇ ਜਦੋਂ ਮੈਂ ਹੋਸ਼ ਸੰਭਾਲੀ ਉਸ ਵੇਲੇ ਮੇਰੇ ਪਿਤਾ ਜੀ ਕੋਲ ਡੌਗ ਸੀਗਾ ਜਿਹੜਾ ਮੇਰੇ ਕੋਲ ਡੌਗ ਹੈ ਸੇਮ ਕਲਰ ਦਾ ਡੌਗ ਸੀ ਉਹ ਔਰ ਉਹ ਜਿਹੜਾ ਡੌਗ ਤਕਰੀਬਨ ਸਾਡੇ ਕੋਲ 10 ਸਾਲ ਰਿਹਾ ਫਿਰ ਉਸ ਤੋਂ ਬਾਅਦ ਪਿਤਾ ਜੀ ਨੇ 1-2 ਡੌਗ ਹੋਰ ਲਏ ਅਤੇ ਕੁਛ ਟਾਈਮ ਬਾਅਦ ਕੀ ਹੋਇਆ ਕਿ ਉਹ ਜਿਹੜੇ ਡੌਗ ਦੀ ਬਰੀਡਿੰਗ ਸਟੈਂਡਰਡ ਉਹ ਘੱਟ ਗਿਆ ਅਤੇ ਉਸ ਤੋਂ ਬਾਅਦ ਮੈਂ ਫਿਰ ਉਹੀ ਇੱਕ ਡੌਗ ਲੱਭਣ ਦੇ ਲਈ ਕਦੀ ਹਿਮਾਚਲ 'ਚ ਲੇਹ ਲਦਾਖ ਤੱਕ ਲੱਭਦਾ ਰਿਹਾ ਔਰ ਇੱਥੇ ਤੱਕ ਕਿ ਮੈਂ ਲੇਹ ਦੇ ਨਾਲ ਤਿੱਬਤ ਦੇ ਬਾਰਡਰ ਤੱਕ ਜਾ ਜਿਹੜੇ ਕੋਈ ਪੁਰਾਣੇ ਆਪਣੇ ਤਿੱਬਤੀ ਨੇ ਜਿਹੜੇ ਲੇਹ 'ਚ ਰਹਿੰਦੇ ਨੇ ਉਹ ਤੁਸੀਂ ਇੰਟਰਨੈੱਟ 'ਤੇ ਵੀ ਚੈੱਕ ਕਰ ਸਕਦੇ ਹੋ ਉੱਥੇ ਉਹ ਲੋਕ ਰਹਿੰਦੇ ਨੇ ਔਰ ਉਹਨਾਂ ਕੋਲ ਮੈਂ ਜਾ ਕੇ ਦੇਖਿਆ ਮਿਲਿਆ ਪਰ ਉਹ ਜਿਹੜਾ ਸੁਖਨਿਆਂ ਦਾ ਡੌਗ ਸੀ ਇੱਕ ਸੁਪਨਿਆਂ ਦਾ ਡੌਗ ਸੀ ਉਹ ਮੈਨੂੰ ਉੱਥੇ ਵੀ ਨਹੀਂ ਮਿਲ ਸਕਿਆ ਜਿਹੜਾ ਕਿ ਮੈਨੂੰ ਲੇਹ ਦੇ ਅੰਦਰ ਵੀ ਉਹ ਨਹੀਂ ਮਿਲਿਆ। ਫਿਰ ਮੈਂ ਲੱਦਾਖ ਬੱਕਰਵਾਲ ਸ਼੍ਰੀਨਗਰ 'ਚ ਉਹਨਾਂ ਕੋਲ ਗਿਆ ਉਹਨਾਂ ਕੋਲ ਵੀ ਨਹੀਂ ਮਿਲਿਆ ਅਤੇ ਕਾਫੀ ਭਾਲ ਤੋਂ ਬਾਅਦ ਅਤੇ ਤਦ ਤੱਕ 1995-96 ਦੇ ਤਕਰੀਬਨ ਇੰਟਰਨੈੱਟ ਦਾ ਜ਼ਮਾਨਾ ਬੜਾ ਹੋ ਗਿਆ ਉਹਦੇ 'ਤੇ ਮੈਂ ਭਾਲ ਕੀਤੀ ਬੜੀਆਂ ਪਿਕਚਰਸ ਦੇਖੀਆਂ ਬੜੇ ਕੈਨਲ ਦੇਖੇ ਪਰ ਜਿਹੜਾ ਕਿ ਮੇਰਾ ਸੁਪਨੇ ਦਾ ਡੌਗ ਸੀ ਉਹ ਮੈਨੂੰ ਕਿਤੇ ਵੀ ਇੰਟਰਨੈੱਟ 'ਤੇ ਜਾਂ ਕਿਤੇ ਵੀ ਨਹੀਂ ਮਿਲ ਰਿਹਾ ਸੀਗਾ। ਫਿਰ ਮੈਂ ਇੱਦਾਂ ਹੀ ਦੇਖਦੇ ਮੈਂ ਡੌਗ 2006 ਦੇ ਵਿੱਚ ਸਾਰਸ ਟਿਪਟੇ ਮਸਬ ਦੇ ਜਿਹੜੇ ਡੌਗ ਆ ਉਹ ਮੈਂ ਸਾਰਸ ਦੇਖੇ ਅਤੇ ਉਹਦੇ ਵਿੱਚ ਡੌਗ ਸੀ ਟੈਂਗੋ ਔਰ ਜਦੋਂ ਮੈਂ ਟੈਂਗੋ ਦੀ ਪਿਕਚਰ ਦੇਖੀ ਅਤੇ ਮੈਨੂੰ ਜਿਹੜਾ ਮੇਰੇ ਇੱਕ ਸੁਪਨਿਆਂ ਦਾ ਡੌਗ ਸੀ ਉਹਦੇ ਵਿੱਚ ਪੂਰੀ ਹੁੰਦੀ ਨਜ਼ਰ ਆਈ। ਮੈਂ ਉਹਦੇ ਓਨਰ ਮਿਸਟਰ ਹਿੰਮਤ ਸਿੰਘ ਸ਼ੇਖੋਂ ਜੀ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਮੈਨੂੰ ਕਿਹਾ ਜੀ ਠੀਕ ਆ ਤੁਸੀਂ ਵੇਟ ਕਰੋ ਵੇਟ ਜਦੋਂ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਚਲੋ ਠੀਕ ਹੈ ਤੁਸੀਂ ਜਦੋਂ ਅਵੇਲੇਬਲ ਹੋਏ ਮੈਨੂੰ ਦਿਓ ਅਤੇ ਉਹ ਗੱਲਬਾਤ ਹੁੰਦੀ ਚਲੇ ਗਈ ਉਹਨਾਂ ਨਾਲ ਪਰ ਉਹ ਇੰਤਜ਼ਾਰ ਬਾਰ ਬਾਰ ਨੈਕਸਟ ਈਅਰ 2 ਸਾਲ ਬਾਅਦ ਫੋਨ ਕੀਤਾ ਪਰ ਉਹ ਅਵੇਲੇਬਲ ਨਹੀਂ ਸੀ ਹੋ ਰਿਹਾ ਉਹਨਾਂ ਕੋਲੋਂ ਉਹ ਕਹਿੰਦੇ ਮੇਰੇ ਕੋਲ ਨਹੀਂ ਹੈ ਚਲੋ ਮੈਂ ਦਊਂਗਾ ਤੁਸੀਂ ਵੇਟ ਕਰੋ। ਉਹਦੇ ਵਿੱਚ ਮੈਂ ਸਾਰਸ ਲਾਈਨ ਦੇ ਇੱਧਰੋਂ ਉੱਧਰੋਂ ਕਰਕੇ 2 ਡੌਗ ਫਿਰ ਰੱਖੇ ਫਿਰ ਕੁਦਰਤੀ ਗੱਲ ਆ 2018 ਦੇ ਅੰਦਰ ਫਿਰ ਮੇਰੀ ਗੱਲ ਹੋਈ ਸਾਰਸ ਕੈਨਲ ਦੇ ਓਨਰ ਸ਼੍ਰੀ ਹਿੰਮਤ ਸਿੰਘ ਸ਼ੇਖੋਂ ਜੀ ਨਾਲ ਸਰਦਾਰ ਜੀ ਨਾਲ ਉਹਨਾਂ ਨੇ ਮੈਨੂੰ ਕਿਹਾ ਜੀ ਠੀਕ ਆ ਤੁਸੀਂ ਮੈਂ ਤੁਹਾਨੂੰ ਡੌਗ ਦਿੰਦਾ ਅਤੇ ਤੁਸੀਂ ਵੇਟ ਕਰੋ ਬੱਚੇ ਹੋ ਲੈਣ ਦਿਉ ਅਤੇ ਮੈਂ ਤੁਹਾਨੂੰ ਜ਼ਰੂਰ ਦਿੰਦਾ ਅਤੇ ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਮੈਨੂੰ ਇੰਨੇ ਸਾਲ ਹੋ ਗਏ ਕਹਿੰਦੇ ਹੋਏ ਕਿ ਜਿਹੜਾ ਮੇਰਾ ਸੁਖਨਿਆਂ ਦਾ ਡੌਗ ਆ ਵੀ ਦੇਖੋ ਮੈਂ ਬਾਹਰੋਂ ਵੀ ਮੰਗਾ ਸਕਦਾ ਅਤੇ ਪਰ ਜਿਹੜਾ ਮੇਰਾ ਇੱਕ ਸੁਪਨਾ ਆ ਡੌਗ ਦੀ ਜਿਹੜੀ ਮੈਂ ਆਪਣੇ ਜ਼ਹਿਨ ਦੇ ਅੰਦਰ ਜਾਂ ਆਪਣੇ ਦਿਮਾਗ ਦੇ ਅੰਦਰ ਉਹਦੀ ਪਿਕਚਰ ਬਣਾਈ ਹੋਈ ਆ ਪੱਪੀ ਦੀ ਬੜੇ ਹੋਏ ਦੀ ਪਰ ਉਹ ਮੈਨੂੰ ਇਹ ਲੱਗਦਾ ਕਿ ਉਹ ਡੌਗ ਮੈਨੂੰ ਸਿਰਫ ਤੁਸੀਂ ਦੇ ਸਕਦੇ ਹੋ ਪੂਰੇ ਵਰਲਡ ਦੇ ਵਿੱਚੋਂ।
ਤੇ ਉਹ ਮੈਨੂੰ ਕਹਿੰਦੇ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਵੇਟ ਕਰੋ ਜਿੱਦਾਂ ਵੀ ਪੱਪੀ ਹੁੰਦੇ ਆ ਮੈਂ ਤੁਹਾਨੂੰ ਦਿੰਦਾ। ਫਿਰ ਹੁਣ ਮੈਨੂੰ ਫੋਨ ਆਇਆ ਕਾਲ ਆਈ ਸਾਨੂੰ ਵੀ ਜੀ ਪੱਪੀ ਹੋ ਗਏ ਆ ਅਤੇ ਤੁਸੀਂ 2 ਮਹੀਨੇ ਬਾਅਦ ਆ ਕੇ ਪੱਪੀ ਆਪਣੇ ਲੈ ਜਾਣਾ ਤੁਸੀਂ ਤਿਆਰੀ ਰੱਖੋ। ਮੈਂ ਕਿਹਾ ਠੀਕ ਹੈ ਜੀ। ਬੜੀ ਖੁਸ਼ੀ ਹੋਈ ਉਹਨਾਂ ਦੇ ਫੋਨ ਤੋਂ ਬਾਅਦ। 2 ਮਹੀਨੇ ਬਾਅਦ ਮੈਂ ਔਰ ਮੇਰਾ ਬੇਟਾ ਜਿਹੜਾ ਕਿ ਡਾਕਟਰ ਜਸਕਰਨ ਹੈ ਅਸੀਂ ਦੋਨੋਂ ਗਏ। ਉਹ ਵੀ ਸ਼ੌਂਕ ਹੈ ਕਿਉਂਕਿ ਜਦੋਂ ਉਹਨੇ ਹੋਸ਼ ਸੰਭਾਲੀ ਮੈਂ ਵੀ ਸਾਡੇ ਘਰ 'ਚ ਪਹਿਲਾਂ ਹੀ ਡੋਗ ਸੀ ਜਿੱਦਾਂ ਮੈਂ ਹੋਸ਼ ਸੰਭਾਲੀ ਮੇਰੇ ਤੋਂ ਪਹਿਲਾਂ ਡੋਗ ਸੀ ਅਤੇ ਉਹ ਵੀ ਸ਼ੌਕੀਨ ਪੂਰਾ। ਅਤੇ ਜਿਸ ਵੇਲੇ ਅਸੀਂ ਉੱਥੇ ਗਏ ਤਾਂ ਉਹਨਾਂ ਨੇ ਕਿਹਾ ਜੀ ਦੇਖੋ ਗੱਲ ਇਹ ਹੈ ਕਿ ਤੁਸੀਂ ਮੇਲ ਡੋਗ ਮੰਗਦੇ ਹੋ ਅਤੇ ਮੈਂ ਕਹਿੰਦਾ ਕਿ ਤੁਸੀਂ ਫੀਮੇਲ ਦੇ ਨਾਲ ਪਾਲੋ ਅਤੇ ਉਹ ਵੀ ਇਹ ਜ਼ਿਆਦਾ ਵਧੀਆ ਪਲੇਗਾ। ਪਰ ਕੁਦਰਤੀ ਗੱਲ ਸੀ ਅਸੀਂ ਕਦੀ ਨਾ ਦਾਦਾ ਜੀ ਨੇ ਫੀਮੇਲ ਰੱਖੀ ਨਾ ਪਿਤਾ ਜੀ ਨੇ ਰੱਖੀ ਨਾ ਕਦੀ ਮੈਂ ਹੀ ਰੱਖੀ ਸੀ। ਅਸੀਂ ਹਮੇਸ਼ਾ ਮੇਲ ਡੋਗ ਰੱਖਦੇ ਆਏ ਸੀ ਅਤੇ ਜਦੋਂ ਉਹਨਾਂ ਨੇ ਕਿਹਾ ਮੈਂ ਕਿਹਾ ਜੀ ਠੀਕ ਆ ਕੋਈ ਨਹੀਂ ਤੁਸੀਂ ਸਾਨੂੰ ਦਿਓ ਅਸੀਂ ਮੇਲ ਫੀਮੇਲ ਦੋਨੇ ਬੱਚੇ ਪਾਲ ਲੈਂਦੇ ਹਾਂ। ਔਰ ਉਹ ਵਾਕਿਆ ਹੀ ਮੇਰਾ ਇੱਕ ਸੁਪਨਿਆਂ ਦਾ ਡੋਗ ਰਿਹਾ। ਔਰ ਬੜੇ ਮੈਂ ਦੁਖੀ ਹਿਰਦੇ ਨਾਲ ਇਹ ਦੱਸਣਾ ਚਾਹੁੰਦਾ ਕਿ ਉਹਦਾ ਨਾਂ ਸਿਵਾਂਗ ਰੱਖਿਆ ਸੀ ਕਿਉਂਕਿ 11 ਮਹੀਨੇ ਦਾ ਕਿਸ ਤਰ੍ਹਾਂ ਉਹਦੀ ਡੈਥ ਹੋਈ ਸਮਝ ਤੋਂ ਬਾਹਰ ਹੈ। ਔਰ ਉਹਦਾ ਜਿਹੜਾ ਸਾਰਸ ਸਿਲਵਰ ਰਾਡੋ ਉਹਦਾ ਨਾਂ ਸੀ ਕੈਨਲ ਕਲੱਬ ਦੇ ਅਨੁਸਾਰ। ਔਰ ਬਹੁਤ ਹੀ ਵਧੀਆ ਮੇਰੇ ਦਿਲ ਦੇ ਬੜੇ ਲਾਗੇ। ਪਰ ਮੈਂ ਇਹ ਤਾਂ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਕੋਈ ਚੀਜ਼ ਇੱਕ ਡੋਗ ਸੁਪਨਿਆਂ ਦਾ ਡੋਗ ਦੇਖੋ ਯੁਵਾ ਪੀੜ੍ਹੀ ਲੈਂਦੀ ਆ ਔਰ ਆਪਾਂ ਆਪਣੇ ਨਾਲ ਉਹ 12 ਸਾਲ ਪਰਮਾਤਮਾ ਉਹਦੀ ਉਮਰ ਲੰਮੀ ਕਰੇ ਜ਼ਿਆਦਾ ਰਹਿੰਦਾ ਆ ਆਪਾਂ ਕਿਤੋਂ ਉਹਨੂੰ ਦੇਖ ਭਾਲ ਕੇ ਪੂਰੀ ਰਿਸਰਚ ਕਰਕੇ ਲੈਂਦੇ ਹਾਂ ਅਤੇ ਉਹਦੇ ਨਾਲ ਜਿਹੜਾ ਉਹਦੇ ਜੀਨਸ ਵਧੀਆ ਆ ਆਪਣਾ ਮਨ ਖੁਸ਼ ਹੁੰਦਾ ਆ। ਨਹੀਂ ਤਾਂ ਅੱਜ ਕੱਲ੍ਹ ਜਿੱਦਾਂ ਆਪਣੇ ਗੱਡੀਆਂ ਦੇ ਡੋਗ ਆ ਇਨ ਬਰੀਡਿੰਗ ਕਰਕੇ ਲੋਕਲ ਮੀਟਿੰਗ ਹੋ ਗਈਆਂ ਆ ਉਹ ਡੋਗ ਖਰਾਬ ਹੋ ਚੁੱਕੇ ਆ। ਹੁਣ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਲੇਹ 'ਚ ਜਾਈਏ ਕਿਤੇ ਜਾਈਏ ਔਰ ਮੈਂ ਬੜੇ ਮਤਲਬ ਕਿ ਜਿੰਨੀ ਕੁ ਮੈਂ ਰਿਸਰਚ ਕੀਤੀ ਹੈ ਤਿੱਬਤ ਦੇ ਵਿੱਚ ਵੀ ਕੋਈ ਐਡੇ ਡੋਗ ਨਹੀਂ ਰਹੇ ਵਧੀਆ। ਉਹ ਵੀ ਕਿਤੇ ਟਾਮਾ ਟਿੱਕਾ ਆ ਬੜੀ ਮੁਸ਼ਕਲ ਮਿਲਦੇ ਨੇ। ਔਰ ਮੈਂ ਕਿਉਂਕਿ ਤਿਬਤਨ ਮਸਲ ਬਾਰੇ ਇਸ ਕਰਕੇ ਦਾਅਵੇ ਨਾਲ ਕਹਿ ਸਕਦਾ ਕਿਉਂਕਿ ਇਹ ਅਸੀਂ ਕਾਫੀ ਸਾਲਾਂ ਤੋਂ ਮੇਰੇ ਪਿਤਾ ਜੀ ਨੇ ਰੱਖੇ ਮੈਂ ਦੇਖੇ ਕਿਉਂਕਿ 1965 ਤੋਂ ਬਾਅਦ ਹੁਣ ਤੱਕ ਤੁਸੀਂ ਆਪ ਲਾ ਸਕਦੇ ਵੀ ਇੰਨੇ ਸਾਲ ਹੋ ਗਏ ਸਾਨੂੰ। ਤੁਹਾਨੂੰ ਗੱਦੀ ਔਰ ਕਿਪਟੇ ਮਸਬ ਦਾ ਜੋ ਫਰਕ ਹੈ ਜਾਂ ਅੰਤਰ ਹੈ ਜਿਹੜੇ ਮੇਰੀ ਨੌਲੇਜ ਦੇ ਅਨੁਸਾਰ ਜਿੰਨੇ ਮੈਂ ਦੇਖੇ ਆ ਉਹਨਾਂ ਬਾਰੇ ਤੁਹਾਨੂੰ ਦੱਸਣਾ ਚਾਹੁੰਦਾ। ਜਿਹੜਾ ਕਿਪਟੇ ਮਸਬ ਡੋਗ ਹੈ ਇਹ ਤੱਕ ਵੱਡਾ ਸਿਰ ਵੱਡਾ ਔਰ ਜਿਹੜੀ ਇਹਦੀ ਛਾਤੀ ਆਪਾਂ ਕਹਿੰਦੇ ਹਾਂ ਵੀ ਉਹ ਵੱਡੀ ਔਰ ਬੋਨ ਜਿਹੜੇ ਇੱਕਦਮ ਸਿੱਧੇ ਸਟਰਕਚਰ ਬੜਾ ਸ਼ਾਨਦਾਰ। ਵਾਲ ਦੇਖੋ ਕਿਸੇ ਦੇ ਵੱਡੇ ਵੀ ਹੋ ਸਕਦੇ ਆ ਕਿਸੇ ਦੇ 10-11 ਇੰਚ ਦਾ ਗਰਦਨ ਦਾ ਹੋ ਸਕਦਾ ਆ 12 ਦਾ ਵੀ ਹੋ ਸਕਦਾ ਆ ਘੱਟ ਵੀ ਹੋ ਸਕਦਾ ਆ। ਗਰਦਨ ਦੇ ਵਾਲ ਹਮੇਸ਼ਾ ਜਿਹੜੀ ਪਿਛਲੇ ਵਾਲਾਂ ਨਾਲੋਂ ਜਿੱਦਾਂ ਬੱਬਰ ਸ਼ੇਰ ਆ ਥੋੜ੍ਹੇ ਵੱਡੇ ਹੋਣਗੇ ਔਰ ਬੋਨ ਸਾਈਜ਼ ਹੈਵੀ ਹੋਏਗਾ ਇਹਦਾ। ਔਰ ਵੱਡੀ ਇਹਦੀ ਇਹ ਹੈ ਕਿ ਜਿਹੜੇ ਇਹਦੇ ਉੱਪਰਲੇ ਆਪਾਂ ਜਿਹਨੂੰ ਪੰਜਾਬੀ ਕਹਿੰਦੇ ਬੁੱਲ ਉਹ ਹੇਠਲੇ ਮੂੰਹ ਨੂੰ ਕਵਰ ਕਰਨਗੇ ਔਰ ਉਹ ਘੱਟੋ ਘੱਟ ਉਂਗਲ ਦੇ ਪੋਟੇ ਤੋਂ ਜ਼ਿਆਦਾ ਡਿੱਗਣਗੇ ਥੱਲੇ ਆ ਕੇ ਉਹਨੂੰ ਕਵਰ ਕਰਨਗੇ ਮੂੰਹ ਨੂੰ। ਜਦਕਿ ਜਿਹੜਾ ਗੱਦੀ ਡੋਗ ਹੈ ਉਹਦੇ ਜਿਹੜਾ ਸਿਰ ਛੋਟਾ ਔਰ ਮੂੰਹ ਪਤਲਾ ਔਰ ਲੰਮਾ TM ਦਾ ਮੂੰਹ ਮੋਟਾ ਔਰ ਭਾਰੀ ਭਾਰੀ ਆ ਅਤੇ ਇਹਦਾ ਜਿਹੜਾ ਕੱਦ ਹੈ ਦੇਖੋ ਲੋਕ ਕੀ ਕਹਿੰਦੇ ਆ ਪਰ ਜਿੰਨੀ ਮੈਂ ਰਿਸਰਚ ਕੀਤੀ ਮੈਂ ਵੇਖੇ ਨੇ ਇਹ 24 ਇੰਚ ਵੱਧ ਤੋਂ ਵੱਧ 25 ਇੰਚ ਦਾ ਡੋਗ ਆ ਜਿਹੜਾ ਗੱਦੀ ਡੋਗ ਆਪਾਂ ਜਿਹਨੂੰ ਸਮਝਦੇ ਹਾਂ। ਔਰ ਇਹਦੇ ਜਿਹੜੇ ਬੁੱਲ ਹੈ ਉਹ ਬਿਲਕੁਲ ਕਵਰ ਨਹੀਂ ਕਰਦੇ ਹੇਠਲੇ ਬੁੱਲਾਂ ਨੂੰ ਨਹੀਂ ਕਵਰ ਕਰਨਗੇ। ਛਾਤੀ ਛੋਟੀ TM ਜਿੱਡੀ ਵੱਡੀ ਨਹੀਂ ਹੈ ਔਰ ਜਿਹੜੇ ਵਾਲਾਂ 'ਤੇ ਇਹਦੀ ਇੰਨੀ ਸ਼ਾਈਨ ਨਹੀਂ ਹੁੰਦੀ ਉਹ ਵਾਲ ਛੋਟੇ ਹੁੰਦੇ ਆ ਔਰ ਸ਼ਾਈਨ ਨਹੀਂ ਹੁੰਦੀ ਜਦਕਿ TM ਦੇ ਵਾਲ ਵੱਡੇ ਆ ਔਰ ਸ਼ਾਈਨ ਜ਼ਿਆਦਾ ਇਹਦੇ 'ਤੇ। ਔਰ ਜਿਹੜਾ ਅੱਖ ਦਾ ਸਾਈਜ਼ ਆ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀ ਅੱਖ ਹੈ TM ਦੀ ਅੱਖ ਵੱਡੀ ਆ
ਉਹਦੀ ਅੱਖ ਵੱਡੀ ਹੈ ਔਰ ਅੱਖ ਦੇ ਵਿੱਚ ਜਦੋਂ ਆਪਾਂ ਅੱਖ ਪਾਉਂਦੇ ਨਾ ਟੀ ਐੱਮ ਦੇ ਅਤੇ ਬੰਦੇ ਨੂੰ ਪਤਾ ਲੱਗਦਾ ਕਿ ਮੈਂ ਕਿਸੇ ਡੋਗ ਦੀ ਅੱਖ 'ਚ ਅੱਖ ਪਾ ਕੇ ਵੇਖ ਰਿਹਾ ਆ। ਜਿਹੜਾ ਗੱਦੀ ਹੈ ਇਹਦੇ ਅੱਖ ਦਾ ਸਾਈਜ਼ ਵੀ ਛੋਟਾ ਆ, ਆਮ ਨੋਰਮਲ ਡੋਗ ਹੈ ਜਿੰਨਾ ਉਹਨਾਂ ਦੇ ਜਿੱਦਾਂ ਆਮ ਆਪਾਂ ਡੋਗ ਕੋਈ ਵੀ ਡੋਗ ਹੈ ਜਿੱਦਾਂ ਇਹਨਾਂ ਦੇ ਬਰਾਬਰ ਹੈ। ਟੀ ਐੱਮ ਦੀ ਅੱਖ ਹਮੇਸ਼ਾ ਵੱਡੀ ਹੁੰਦੀ ਆ। ਅਤੇ ਬਾਕੀ ਜਿਹੜਾ ਐਕਸਪੀਰੀਅੰਸ ਦੇ ਅਨੁਸਾਰ ਮੈਂ ਤੁਹਾਨੂੰ ਦੱਸਿਆ, ਬੱਕਰਵਾਲ ਜਿਹੜਾ ਡੋਗ ਹੈ ਇਹਦਾ ਔਰ ਗੱਦੀ ਦਾ ਵੀ ਫਰਕ ਆ, ਉਹ ਥੋੜ੍ਹਾ ਬਹੁਤਾ ਫਰਕ ਚੱਲਦਾ ਆ। ਪੁਟੀਆ ਇਹ ਤੋਂ ਛੋਟਾ, ਉਹਦਾ ਥੋੜ੍ਹਾ ਫਰਕ ਹੈ। ਇੱਕ ਮੈਂ ਹੋਰ ਦੱਸਦਾ, ਲੱਦਾਖੀ ਵੀ ਮੈਂ ਦੇਖਿਆ, ਲੱਦਾਖੀ ਡੋਗ ਇਹ ਸਾਰੇ ਇਕੱਠੇ ਮਿਲਦੇ ਜੁਲਦੇ ਆ। ਸਿਰਫ ਕੀ ਹੈ ਕਿ ਆਪਾਂ ਪਹਿਚਾਣ ਕਿੱਦਾਂ ਕਰਨੀ ਹੈ। ਔਰ ਮੈਂ ਖਾਸ ਕਰਕੇ ਯੁਵਾ ਪੀੜ੍ਹੀ ਨੂੰ ਕਹਿੰਦਾ ਹਾਂ ਕਿ ਤੁਸੀਂ ਡੋਗ ਲੈਣ ਵੇਲੇ ਅੱਜ ਦੇ ਦੌਰ ਦੇ ਵਿੱਚ ਦੇਖੋ ਬਿਲਕੁਲ ਕਾਹਲੀ ਨਾ ਕਰੋ, ਤਸੱਲੀ ਨਾਲ ਲਓ, ਠੀਕ ਹੈ। ਔਰ ਮੇਰਾ ਆਪਣਾ ਐਕਸਪੀਰੀਅੰਸ ਇਹ ਹੈ ਕਿ ਦੇਖੋ ਮੇਰੇ ਕੋਲ ਡੋਗ ਹੈ, ਹੁਣ ਵੀ ਮੇਰੇ ਕੋਲ ਮੈਂ ਸਾਰਸ ਦੇ ਹੀ ਡੋਗ ਰੱਖੇ, ਦੋ ਫੀਮੇਲ ਹੈ ਇੱਕ ਮੇਲ ਹੈ। ਅਤੇ ਇਹ ਜਿਹੜੇ ਤੁਸੀਂ ਬਿਲਕੁਲ ਤਸੱਲੀ ਨਾਲ ਲਓ, ਕੋਈ ਵੀ ਬਰੀਡ ਦਾ ਲਓ, ਜਰਮਨ ਸ਼ੈਫਰਡ ਲਓ ਜਾਂ ਜੋ ਵੀ ਹੈ, ਸੈਂਡ ਬਰਨਾਰਡ ਲਓ, ਕੋਈ ਵੀ ਲਓ, ਪੂਰੇ ਤਸੱਲੀ ਨਾਲ ਲਓ। ਨਹੀਂ ਤਾਂ ਅੱਜ ਕੱਲ੍ਹ ਕੀ ਹੋ ਗਿਆ, ਬਿਜ਼ਨਸ ਬਣ ਚੁੱਕਾ। ਆਪਾਂ ਕਿਸੇ ਨੂੰ ਕਹਿੰਦੇ ਮੈਂ ਲੈਣਾ, ਉਹ ਕਹਿੰਦਾ ਕਿੰਨੇ ਦਾ ਲੈਣਾ, 25,000 ਦਾ ਲੈਣਾ, 30,000, 50,000। ਉਹ ਕਹਿੰਦੇ ਜੀ ਤੁਹਾਨੂੰ 2 ਘੰਟੇ 'ਚ ਦੇ ਜਾਂਦੇ ਹਾਂ। ਬਿਲਕੁਲ ਤੁਸੀਂ ਕਾਹਲੀ ਨਾ ਕਰੋ, ਤਸੱਲੀ ਨਾਲ ਲਓ। ਇੱਦਾਂ ਪੈਸੇ ਖਰਚਣ ਨਾਲੋਂ ਤਾਂ ਮੈਂ ਤਾਂ ਇਹ ਆਪਣੇ ਤੁਹਾਨੂੰ ਸਾਰਿਆਂ ਨੂੰ ਸਲਾਹ ਦਊਂਗਾ, ਸਾਡੇ ਇੰਡੀਅਨ ਡੋਗ ਹੈ ਜਿਹੜੇ ਸਟੀਲ ਡੋਗ ਹੈ ਇਹ ਵੀ ਬੜੇ ਵਧੀਆ ਨੇ। ਇਹਨਾਂ ਦੀ ਠੀਕ ਹੈ, ਇਹਨਾਂ ਦੀ ਬਰੀਡਿੰਗ ਨਹੀਂ ਸਹੀ ਢੰਗ ਨਾਲ ਹੋਈ ਹੈ ਮੈਂ ਮੰਨਦਾ, ਅਦਰਵਾਈਜ਼ ਰਾਖੀ ਦੇ ਮਾਮਲੇ 'ਚ ਇਹ ਬੜੇ ਵਧੀਆ ਨੇ। ਆਪਾਂ ਪੈਸੇ ਦੇ ਕੇ ਜੇ ਆਪਾਂ ਫਿਰ ਵੀ ਵਧੀਆ ਚੀਜ਼ ਨਾਲ ਲਈਏ ਤਾਂ ਫਿਰ ਉਹਦੇ ਨਾਲ ਤਾਂ ਸਟੀਲ ਡੋਗ ਜ਼ਿਆਦਾ ਵਧੀਆ। ਔਰ ਮੈਂ ਤੁਹਾਨੂੰ ਇਹ ਦੱਸਦਾ, ਜਦੋਂ ਮੈਨੂੰ ਨਹੀਂ ਸੀ ਡੋਗ ਸੁਪਨਿਆਂ ਦਾ ਮਿਲ ਰਿਹਾ, ਮੈਂ ਖੁਦ ਇੱਕ ਸਟੀਲ ਡੋਗ ਰੱਖ ਲਿਆ ਸੀ। ਅਤੇ ਮੈਂ ਕਿਉਂ ਕਿਸੇ ਨੂੰ ਪੈਸੇ ਦੇਵਾਂ, ਮੈਂ ਸਟੀਲ ਡੋਗ ਰੱਖਿਆ, ਮੇਰੇ ਕੋਲ ਰਿਹਾ ਉਹ 3-4 ਸਾਲ ਰਿਹਾ, ਉਹ ਵੀ ਵਿਚਾਰਾ ਕਿੱਦਾਂ ਨਹੀਂ। ਪਰ ਫਿਰ ਮੈਂ ਹੁਣ ਜਿਹੜੇ ਮੇਰੇ ਸੁਪਨਿਆਂ ਦੇ ਡੋਗ ਆ ਉਹ ਮੇਰੇ ਕੋਲ ਆ, ਔਰ ਮੈਂ ਬੜਾ ਖੁਸ਼ ਹਾਂ ਇਹਨਾਂ ਨਾਲ ਖੇਡਦੇ ਆਪਾਂ। ਔਰ ਮੈਂ ਇੱਕ ਤੁਹਾਨੂੰ ਇਹ ਦੱਸਦਾ ਕਿ ਜਿਹੜਾ ਟੀ ਐੱਮ ਪੱਪੀ ਆ, ਜਿਹੜਾ ਪੱਪੀ ਹੈ ਇਹਨੂੰ ਤੁਸੀਂ ਬੱਚੇ ਨੂੰ ਇਹ ਇਕੱਲਾ ਨਹੀਂ ਰਹਿੰਦਾ। ਜੇ ਕਿਸੇ ਵੀ ਮੇਰੇ ਭਰਾ ਨੇ ਜਾਂ ਛੋਟੇ ਵੀਰ ਨੇ ਕਦੀ ਸ਼ੌਂਕ ਦੇ ਵਿੱਚ ਟੀ ਐੱਮ ਡੋਗ ਲੈਣਾ, ਗਾਹ ਡੋਗ ਬਹੁਤ ਜ਼ਬਰਦਸਤ ਹੈ, ਮੇਰਾ ਪਰਸਨਲ ਐਕਸਪੀਰੀਅੰਸ ਹੈ। ਔਰ ਤੁਸੀਂ ਜੇ ਇਹਨੂੰ ਲਓਗੇ ਇਹਨੂੰ ਇਕੱਲੇ ਨਹੀਂ ਛੱਡਣਾ, ਇਹਨੂੰ ਆਪਣੇ ਕੋਲੇ ਰੱਖਣਾ ਆ। ਘੱਟੋ ਘੱਟ 4-5 ਮਹੀਨੇ ਦੇ ਪੱਪੀ ਨੂੰ ਤਾਂ ਬਿਲਕੁਲ ਪਿਆਰ ਭਾਲਦਾ, ਔਰ ਇਹ ਜਦੋਂ ਵੱਡਾ ਵੀ ਹੋ ਜਾਂਦਾ ਆ ਔਰ ਇੰਨਾ ਕੁ ਪਿਆਰ ਲੱਭਦਾ ਹੈਗਾ ਕਿ ਜੇ ਤੁਸੀਂ ਆ ਕੇ ਇਹਨੂੰ ਨਹੀਂ ਬੁਲਾਇਆ ਤਾਂ ਰੁੱਸ ਜਾਂਦਾ, ਦੂਏ ਦਿਨ ਤੁਹਾਡੇ ਨਾਲ ਅੱਖ ਨਹੀਂ ਮਿਲਾਏਗਾ ਵੀ ਤੂੰ ਤਾਂ ਮੈਨੂੰ ਕੱਲ੍ਹ ਬੁਲਾਇਆ ਨਹੀਂ। ਔਰ ਇਹ ਬੜਾ ਪਿਆਰਾ ਡੋਗ ਹੈ ਔਰ ਬੜਾ ਫੈਮਿਲੀ 'ਚ ਰਹਿਣ ਵਾਲਾ ਆ। ਵੀ ਦੇਖੋ ਕਈ ਵਾਰੀ ਲੋਕ ਕਹਿੰਦੇ ਜੀ ਅਗਰੈਸਿਵ ਬਹੁਤ ਆ, ਇਹ ਇੱਦਾਂ ਆ, ਇਹ ਪੈ ਜਾਂਦੇ ਨੇ, ਪਰ ਇਹ ਗਾਰਡ ਡੋਗ ਹੈ, ਬਾਹਰਲਿਆਂ ਨੂੰ ਪੈਂਦਾ, ਘਰ ਦੇ ਚਾਹੇ 10 ਜੀ ਆ, ਚਾਹੇ 5 ਜੀ ਆ, ਚਾਹੇ 15 ਜੀ ਆ, ਕਿਸੇ ਨੂੰ ਕੁਛ ਨਹੀਂ ਆਉਂਦਾ, ਬੜਾ ਵਧੀਆ ਡੋਗ ਹੈ ਇਹ। ਔਰ ਪਿਆਰ ਇੰਨਾ ਜ਼ਿਆਦਾ ਲੈਂਦਾ ਆ ਕਿ ਮੈਂ ਕਹਿੰਦਾ ਬੰਦੇ ਨੂੰ ਜਿੰਨੀ ਮਰਜ਼ੀ ਟੈਨਸ਼ਨ ਹੋਵੇ ਆ ਕੇ, ਵੈਸੇ ਤਾਂ ਹਰ ਡੋਗ ਨਾਲ ਹੀ ਇੱਦਾਂ ਆ, ਪਰ ਟੀ ਐੱਮ ਦੀ ਮੈਂ ਜ਼ਿਆਦਾ ਤਾਂ ਕਹਿੰਦਾ ਕਿਉਂਕਿ ਟੀ ਐੱਮ ਅਸੀਂ ਰੱਖੇ ਆ ਕਿ ਬੜੇ ਵਧੀਆ ਨੇ, ਬੜੇ ਪਿਆਰੇ ਨੇ। ਅਤੇ ਇੰਨਾ ਕਹਿੰਦੇ ਹੋਏ ਜਿੰਨਾ ਮੇਰਾ ਐਕਸਪੀਰੀਅੰਸ ਹੈ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਆ। ਚੰਗੀ ਚੀਜ਼ ਲਓ, ਫਿਰ ਮੇਰੇ ਸਾਰੇ ਵੀਰਾਂ ਨੂੰ, ਛੋਟੇ ਭਰਾਵਾਂ ਨੂੰ ਔਰ ਖਾਸ ਕਰਕੇ ਯੁਵਾ ਪੀੜ੍ਹੀ ਨੂੰ, ਤੁਸੀਂ ਚਾਹੇ ਪੈਸੇ ਤੁਹਾਡੇ ਆਪਣੇ ਹੈ ਔਰ ਖਾਸ ਕਰਕੇ ਬੱਚਿਆਂ ਨੂੰ, ਕਈ ਵਾਰੀ ਬੱਚੇ ਮਾਪਿਆਂ ਨਾਲ ਜਾ ਕੇ ਜਿੱਦ ਕਰਦੇ ਅਸੀਂ ਬੱਚਾ ਲੈਣਾ, ਅਸੀਂ ਡੋਗ ਲੈਣਾ, ਤੁਸੀਂ ਲੈ ਦਿਓ। ਖਾਸ ਕਰਕੇ ਛੋਟੇ ਬੱਚਿਆਂ ਨੂੰ ਮੇਰੀ ਤੁਹਾਨੂੰ ਕਹਿਣਾ ਹੀ ਸਮਝ ਲਓ ਵੀ ਬੇਟਾ ਬਿਲਕੁਲ ਮਾਂ ਬਾਪ ਨੂੰ ਜਿੱਦ ਨਹੀਂ ਕਰਨੀ, ਜਦ ਤੱਕ ਤੁਹਾਨੂੰ ਵਧੀਆ ਚੀਜ਼ ਨਹੀਂ ਮਿਲਦੀ ਮਾਂ ਬਾਪ ਆਪ ਲੈ ਕੇ ਦੇਣਗੇ, ਬਿਲਕੁਲ ਪੈਸੇ ਨਾ ਸਿੱਟੋ। ਕਈ ਵਾਰੀ ਕੀ ਹੁੰਦਾ ਗਲਤ ਆਪਾਂ ਜੀਨਸ ਲੈ ਲੈਂਦੇ ਹਾਂ, ਹੋਰ ਡੋਗ ਆ, ਹੋਰ ਡੋਗ ਨਾਲ ਉਹਦੀ ਮੀਟਿੰਗ ਹੋਈ ਆ, ਬੱਚਾ ਆ ਅੱਗੇ, ਉਹ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਸ਼ਿਕਾਰ ਵਾਲੇ ਡੋਗ ਆ, ਹਜ਼ਾਰਾਂ ਸਾਲਾਂ ਤੋਂ ਸਾਡੇ ਬਜ਼ੁਰਗਾਂ ਨੇ ਆਪਣੇ ਅਲੱਗ ਅਲੱਗ ਮੰਤਵ ਵਾਸਤੇ ਡੋਗ ਬਰੀਡਿੰਗ ਕੀਤੀ, ਸ਼ਿਕਾਰ ਵਾਸਤੇ ਤਿਆਰ ਕੀਤੇ, ਗਾਰਡ ਵਾਸਤੇ ਤਿਆਰ ਕੀਤੇ। ਬਰਫਾਂ ਦੇ ਵਿੱਚ ਬਰਫ਼ ਡਿੱਪ ਪੈਂਦੀ ਸੀ, ਉਹ ਬੰਦੇ ਛੱਡਦੇ ਸੀ, ਉਹ ਦੱਸ ਦਿੰਦੇ ਸੀ ਬੰਦਾ ਇੱਥੇ ਆ, ਉਹਨਾਂ ਦਾ ਫੰਕਸ਼ਨ ਇਹ ਸੀ ਡੋਗ ਦਾ। ਔਰ ਆਪਾਂ ਕੀ ਕਰਦੇ ਹਾਂ, ਆਪਾਂ ਘਰ 'ਚ ਰੱਖਣਾ, ਕਮ ਸੇ ਕਮ ਦੇਖ ਕੇ ਲਓ ਆਪਾਂ ਨੂੰ ਕਿਹੜਾ ਡੋਗ ਚਾਹੀਦਾ ਆ, ਕਿੱਦਾਂ ਉਹ ਰੱਖਣਾ ਆ। ਇਹ ਇੱਕ ਐਸੀ ਪਰਮਾਤਮਾ ਦੀ ਸਾਡੇ 'ਤੇ ਕਿਰਪਾ ਆ, ਐਡਾ ਖੂਬਸੂਰਤ ਸਾਨੂੰ ਜਾਨਵਰ ਦਿੱਤਾ। ਜਦੋਂ ਆਪਾਂ ਟੈਂਸ਼ਨ 'ਚ ਹੁੰਦੇ ਹਾਂ, ਕੋਈ ਗੱਲ ਹੋਵੇ ਔਰ ਆਪਾਂ ਇਹਨੂੰ ਮਿਲਦੇ ਹਾਂ, ਸਾਡੀ ਟੈਂਸ਼ਨ ਲੱਗ ਜਾਂਦੀ ਆ, ਹੁਣ ਤਾਂ ਡਾਕਟਰ ਵੀ ਲਾਪੇ ਗਏ, BP ਤੱਕ ਲੋਅ ਹੋ ਜਾਂਦਾ ਆ।
ਇਹਦੇ ਕੋਲ ਆਪਾਂ ਜਾਂਦੇ ਹਾਂ, ਕੋਈ ਵੀ ਡੋਗ ਹੈ ਬੀਪੀ ਵੀ ਨੋਰਮਲ ਹੋ ਜਾਂਦਾ ਆ। ਦੇਖੋ ਕਿੱਦਾਂ ਦੀ ਚੀਜ਼, ਆਪਾਂ ਕੋਈ ਗੋਲੀ ਨਹੀਂ ਖਾਣੀ, ਕੁਛ ਨਹੀਂ ਕਰਨੀ, ਸਾਡੀ ਬੋਡੀ ਆਪਣੇ ਰਿਲੈਕਸ ਹੋ ਜਾਂਦੀ ਇਹਨਾਂ ਕੋਲ ਜਾ ਕੇ। ਔਰ ਇਹਦਾ ਸਾਰੇ ਮਤਲਬ ਕਿ ਇਹਦਾ ਧਿਆਨ ਰੱਖੋ, ਅਤੇ ਔਰ ਖਾਸ ਕਰਕੇ ਇਹਦੀ ਬਰੀਡਿੰਗ। ਜਦੋਂ ਆਪਾਂ ਅੰਨੇ ਵਾਹ ਕਿਸੇ ਨੂੰ ਪੈਸੇ ਦਿੰਦੇ ਹਾਂ, ਲਾਲਚ ਦੇ ਵਿੱਚ ਉਹ ਕੁਛ ਦਾ ਕੁਛ ਕਰੀ ਜਾਂਦੇ ਆ। ਬਿਲਕੁਲ ਤਸੱਲੀ ਨਾਲ ਲਓ, ਔਰ ਜਦੋਂ ਆਪਾਂ ਤਸੱਲੀ ਰੱਖਾਂਗੇ, ਦੇਖੋ ਚੀਜ਼ ਦੇਣ ਵਾਲਿਆਂ ਨੂੰ ਵੀ ਹੋਊਗਾ ਵੀ ਆਪਾਂ ਚੀਜ਼ ਵਧੀਆ ਤੋਂ ਵਧੀਆ ਦਈਏ। ਸ਼ੁਕਰਗੁਜ਼ਾਰ ਹਾਂ ਮੈਂ ਸਕੂਬਰ ਚੈਨਲ ਵਾਲਿਆਂ ਦਾ ਕਿ ਜਿਹੜੇ ਆਏ ਨੇ। ਸਾਡਾ ਬੜਾ ਛੋਟਾ ਜਿਹਾ ਸ਼ਹਿਰ ਆ, ਅਤੇ ਮੈਂ ਦਲਜਿੰਦਰ ਸਿੰਘ ਸਾਰਿਆਂ ਨੂੰ ਨਮਸਕਾਰ ਕਹਿੰਦਾ ਹਾਂ।